ਸਾਨੂੰ ਗਾਉਣ ਵਾਲਿਆਂ ਨੂੰ ਤੇ ਬੋਲਣ ਵਾਲਿਆਂ ਨੂੰ ਇੱਕ ਬਿਮਾਰੀ ਹੁੰਦੀ ਹੈ, ਜੇ ਸਾਨੂੰ ਰੋਟੀ ਜਾਂ ਚਾਹ ਨਾ ਮਿਲੇ ਅਸੀਂ ਸਾਰ ਲੈਨੇ, 8 ਦਿਨ ਵੀ ਸਾਰ ਲੈਨੇ ਆ। ਅੱਛਾ, ਪਰ ਜੇ ਸਾਨੂੰ ਆ ਗਾਉਣ ਨਾ ਮਿਲੇ ਸਾਡੇ ਢਿੱਡ ਅਫਰ ਜਾਂਦੇ ਨੇ। ਹਾਂ, ਉਹ ਆਦੇ ਕੋਈ ਤੁਹਾਡੇ ਵਰਗਾ ਬੰਦਾ ਸੀ, ਉਹਦੇ ਕੋਲੇ ਸਾਡੇ ਵਰਗੇ 3 ਜਣੇ ਆਥਣੇ ਜੇ ਬਾਗੇ। ਅੱਛਾ, ਤੇ ਉਹ ਕਹਿੰਦਾ ਵੀ ਹਾਂ ਰੋਟੀ ਕੇ ਚਾਹ। ਹਾਂ, ਉਹ ਕਹਿੰਦੇ ਜੀ ਨਾ ਭੁੱਖੇ ਮਰਦੇ ਆ ਨਾ ਤਿਹਾਏ ਮਰਦੇ ਆ, ਅਸੀਂ ਤਾਂ ਗਵਾਏ ਮਰਦੇ ਆ। ਸੀ ਉਦੋਂ ਲੋਕਡਾਊਨ, ਕਰੋਨੇ ਦਾ ਟਾਈਮ ਸੀ। ਅੱਛਾ, ਕੋਈ ਮੱਸਿਆ ਨਹੀਂ ਲੱਗੀ, ਸੰਗਰਾਂਦੀ ਨਹੀਂ ਲੱਗੀ, ਪ੍ਰੋਗਰਾਮ ਨਹੀਂ ਆਇਆ, ਤੇ ਅਸੀਂ ਤਾਂ ਗਵਾਏ ਮਰਦੇ ਆ, ਆਫਰਿਆ ਮੈਂ ਵੀ ਪਿਆ। ਅੱਛਾ, ਤੇ ਪਹਿਲਾਂ ਤੁਸੀਂ ਗਾਓ ਖੁੱਲ ਕੇ। ਉਹ ਆਦਾ ਕੋਈ ਆਪਣਾ ਕੋਈ ਰੋਕ ਟੋਕ ਤਾਂ ਨਹੀਂ, ਆਪਾਂ ਹੀਰ ਗਾ ਲਈਏ। ਉਹ ਕਹਿੰਦਾ ਬਸ਼ੱਕ ਮਿਰਜ਼ਾ ਗਾਈ, ਚਲੋ ਆਪਣਾ ਬਾਹਰ ਬਾਹਰ ਘਰ ਹੈ, ਨਾਲ ਮੈਂ ਲੱਗੂ, ਘਰ ਦੇ ਘਰੇ ਹੈ ਨੀ ਆਪਣੇ, ਤੇ ਗਾਓ ਉੱਚੀ ਉੱਚੀ। ਉਹਨਾਂ ਨੇ ਤਿੰਨਾਂ ਨੇ ਉੱਚੀ ਉੱਚੀ ਗਾਉਣਾ ਸ਼ੁਰੂ ਕੀਤਾ। ਹੋਲਾ ਕੇ ਪੱਲਾ ਹੋਏ ਰਾਂਝਾ ਨਾਲ ਨਿਮਰਤਾ, ਬੋਲਿਆ ਸੀ ਗੱਲ ਸੁਣ ਸਿਆਲਾਂ ਦੀਏ, ਪਰੀਏ ਨੀ ਘਰ ਆਇਆਂ ਦਾ ਆਦਰ, ਕਰੀਏ ਨੀ ਉਸ ਦਾ ਤੇ ਕੋਲੋਂ, ਡਰੀਏ ਨੀ ਦੁੱਧ ਚੋਲਿਆ ਕੀ ਦੱਸ ਤੇਰੀ ਸੇਜ ਦਾ। ਜਦੋਂ ਤਿੰਨਾਂ ਨੇ ਗਾਇਆ, ਹੋਰ ਤਾਂ ਕੋਈ ਨਾ ਬੋਲਿਆ, ਗਵਾਂਢੀਆਂ ਦੀ ਬੁੜੀ ਆਈ ਗੋਲੀ ਵਾਂਗੂ, ਆਦੀ ਬੇ ਪਰਮਿੰਦਰਾ ਸਿਆਣਾ ਬਿਆਣਾ ਤੂੰ ਆਹ ਨਾਲ ਆਪ ਲੱਗ ਗਿਆ, ਤੇ ਇੰਨਾ ਉੱਚੀ ਗਾਈ ਜਾਂਦੇ ਹੋ, ਤੇਰਾ ਦਾਦਾ ਢਿੱਲਾ ਤੈਨੂੰ ਪਤਾ ਨੀ ਹੈ? ਅੱਛਾ, ਉਹਦਾ ਦਾਦੇ ਢਿੱਲੇ ਦਾ ਗਾਉਣ ਨਾਲ ਕੀ ਸੰਬੰਧ? ਉਹਦੀ ਹੁਣ ਦਾਦੇ ਨੂੰ ਤੇਰੇ ਨੂੰ ਬਿਮਾਰੀ ਕਸੂਤੀ ਹੈ, ਨਕਾਲ ਹੈ। ਅੱਛਾ, ਤੇ ਜੇ ਬੋਲ ਪੈ ਗਿਆ ਨਕਾਲ ਵਾਲੇ ਦੇ, ਬੋਲ ਪੈਂਦਾ ਸੀ ਤਾਂ ਸਬਜ਼ੀ ਵਾਲੇ ਨੂੰ ਹੋਕਾ ਨੀ ਮਾਰਨ ਦਿੱਤਾ। ਜੇ ਬੋਲ ਪੈ ਗਿਆ ਤੇ ਬੁੜੇ ਨੂੰ ਹੀਮ ਕੀਮ ਹੋ ਗਈ, ਜ਼ਿੰਮੇਵਾਰ ਹੈਗਾ। ਉਹਦਾ ਬੇਬੇ ਸੋਡਾ ਤਾਂ ਜੇ ਮਰਿਆ ਬੋਲ ਪੈ ਕੇ ਇੱਕ ਮਰੂ, ਜੇ ਮੈਂ ਗਾਉਣ ਨਾ ਦਿੱਤਾ ਤਿੰਨ ਮਰਨਗੇ ਆਫਰ ਕੇ। ਮੈਂ ਹੁਣ ਤਿੰਨ ਨੂੰ ਬਚਾਵਾਂ ਕਿ ਇੱਕ ਨੂੰ ਬਚਾਵਾਂ? ਸੱਚਮੁੱਚ ਗੁੱਬਗੜਾਹਟ ਦੀ ਇਹ ਗੱਲ ਹੈ ਜੀ, ਕਿ ਸਾਨੂੰ ਔਖਾ ਹੋ ਜਾਂਦਾ ਜੇ ਸਾਨੂੰ 5-7 ਦਿਨ ਗਾਏ ਬਿਨਾਂ ਲੰਘ ਜਾਣ। ਅੱਛਾ ਜੀ, ਇੱਕ ਸਰੀਰ ਦੀ ਲੋੜ ਬਣ ਜਾਂਦਾ। ਤੇ ਕਈ ਵਾਰੀ ਤਾਂ ਇਹ ਹੈ ਵੀ ਰਾਤ ਨੂੰ ਵੀ ਜਦੋਂ ਗਾਉਣ ਆਉਂਦਾ ਤੇ ਸੁੱਤੇ ਪਏ ਤੋਂ ਬਾਅਦ ਉੱਠ ਕੇ ਗਾਉਂਦੇ ਆ। ਅੱਛਾ, ਫਿਰ ਸ਼ਾਂਤ ਹੋ ਕੇ ਸੋਨੂੰ ਨਹੀਂ ਕਹਿੰਦੇ ਯਾਰ ਗਵਾਂਡਾ ਲੁੱਟ ਕੇ ਇਹ ਭਾਈ ਆ ਕੀ ਚੰਨ ਚੜਾਈ ਇਹਨਾਂ ਦਾ, ਹੁਣ ਕਮਰੇ ਹੈਗੇ ਨੇ ਅੰਦਰੋਂ ਕੁੰਡੀ ਲਾ ਕੇ ਗਾ ਲਈਦਾ। ਅੱਛਾ, ਹਾਂਜੀ, ਇੱਕ ਤਾਂ ਹੋਏਗੀ ਇਹ ਗੱਲ, ਕਵਿਸਰੀ ਦੇ ਵਿੱਚ ਅੱਜ ਵੀ ਉਨੀ ਮਿਠਾਸ ਤੇ ਉਨੀ ਜਾਨ ਹੈਗੀ ਹੈ ਜਿਹੜੇ ਬੰਦੇ ਸੁਣਦੇ ਨੇ, ਜਿਹੜੇ ਕਦਰ ਕਰਦੇ ਨੇ। ਬਿਲਕੁਲ, ਤੇ ਜਿਨ੍ਹਾਂ ਨੇ ਕਦਰ ਨਹੀਂ ਕਰਨੀ ਉਹਨਾਂ ਲਈ ਭਾਵੇਂ ਕੁਛ ਮਰਜ਼ੀ। ਹਾਂਜੀ ਹਾਂਜੀ, ਦੇਖੋ ਕਵਿਸਰੀ ਤੇ ਢਾਡੀ ਕਲਾ ਤੇ ਗੁਰਬਾਣੀ ਦੇ ਸ਼ਬਦ ਕੀਰਤਨ, ਇਹ ਗੁਰੂ ਸਾਹਿਬਾਂ ਤੋਂ ਬਰੋਸਾਏ ਹੋਏ ਚੀਜ਼ਾਂ ਨੇ, ਗੁਰੂ ਸਾਹਿਬਾਂ ਤੋਂ ਬਰੋਸਾਏ ਹੋਏ ਨਗਮੇ ਨੇ, ਇਹਨਾਂ ਨੇ ਜੁਗੋ ਜੁਗ ਟੱਲ ਰਹਿਣੇ। ਸਾਨੂੰ ਇੱਕ ਬਜ਼ੁਰਗ ਨੇ ਪੁੱਛਿਆ, ਕਹਿੰਦੇ ਮੈਂ ਆਪਦੇ ਪੋਤੇ ਨੂੰ ਲਾ ਦਿਆਂ, ਇਹ ਟਮਟਮਾ ਕਿੰਨਾ ਕੁ ਚਿਰ ਚੱਲੂਗਾ? ਅੱਛਾ ਜੀ, ਤੁਹਾਨੂੰ ਕਿੰਨਾ ਕੁ ਚਿਰ ਸੰਭਾਵਨਾ ਵੀ ਕਵੀਸ਼ਰੀਆਂ ਕਿੰਨਾ ਕੁ ਚਿਰ ਲੋਕ ਸੁਣਨਗੇ? ਮੈਂ ਕਿਹਾ ਜੀ ਗੁਰੂ ਸਾਹਿਬ ਨੇ ਕਹਿਤਾ ਵੀ ਜੁਗੋ ਜੁਗ ਟੱਲ, ਬਿਲਕੁਲ ਜੁਗ ਬਦਲਦੇ ਰਹਿਣਗੇ, ਇਹ ਐਵੇਂ ਜਿਵੇਂ ਨੂਰੀ ਮਹਿਫਲਾਂ ਲੱਗਦੀਆਂ ਰਹਿਣੀਆਂ, ਤੇ ਓਨੇ ਪਿਆਰ ਨਾਲ ਜਿੰਨੇ ਪਿਆਰ ਨਾਲ ਬਾਬੂ ਰਜਬਲੀ ਹੋਰਾਂ ਦੇ ਟਾਈਮ ਚ, ਕਰਨੈਲ ਸਿੰਘ ਪਾਰਸ ਰਾਮੋਲੀਆ ਸਾਹਿਬ ਦੇ ਟਾਈਮ ਚ, ਸਾਡੇ ਦਾਦਾ ਗੁਰੂ ਪੰਡਿਤ ਬ੍ਰਹਮਾਨੰਦ ਜੀ ਡਿੱਖਾਂ ਵਾਲਿਆਂ ਦੇ ਟਾਈਮ ਚ, ਪੰਡਿਤ ਰੇਵਤੀ ਪ੍ਰਸ਼ਾਦ ਜੀ ਦੇ ਟਾਈਮ ਚ ਕਵੀਸ਼ਰੀ ਨੂੰ ਸੁਣਿਆ ਜਾਂਦਾ ਸੀ, ਓਨੇ ਚਾਹ ਨਾਲ ਅੱਜ ਸੁਣਿਆ ਜਾਂਦਾ। ਬਿਲਕੁਲ, ਆਹ ਵੀ ਦੇਖੋ ਚਾਹ ਹੀ ਹੈ ਨਾ ਵੀ ਤੁਸੀਂ ਚੈਨਲਾਂ ਵਾਲੇ ਸਾਡੇ ਕਵੀਸ਼ਰਾਂ ਨੂੰ ਬੁਲਾ ਕੇ ਸਾਰੀ ਦੁਨੀਆ ਦੇ ਸਾਹਮਣੇ ਕਵੀਸ਼ਰੀ ਦੀ ਮਹਿਕ ਫੈਲਾ ਰਹੇ। ਬਿਲਕੁਲ, ਜਿਉਂਦੇ ਰਹੋ। ਇੱਕ ਹੋਰ ਵੀ ਹੈ ਸਰ ਗੱਲ, ਕਿ ਲੰਮਾ ਸਮਾਂ ਹੋ ਗਿਆ ਤੁਸੀਂ ਦੱਸਿਆ ਵੀ ਇੰਨਾ ਟਾਈਮ ਗਾਉਂਦਿਆਂ ਨੂੰ ਹੋ ਗਿਆ, ਮਨ ਦੇ ਵਿੱਚ ਕਦੇ ਆਇਆ ਵੀ, ਕਦੇ ਤਾਂ ਹੁੰਦਾ ਨਾ ਵੀ ਆਪਾਂ ਗਾਈ ਜਾਂਦੇ ਯਾਰ ਆਪਣੀ ਬਾਹਲੀ ਕੋਈ ਆਪਾਂ ਮਸ਼ਹੂਰ ਨਹੀਂ ਹੋਏ ਜਾਂ ਕਾਬਲੀਅਤ ਨਹੀਂ ਖੱਟੀ ਜਾਂ ਆਪਣੇ ਖੇਤਰ 'ਚ ਓਨਾ ਨਹੀਂ, ਤਾਂ ਕਰਕੇ ਬਹੁਤ ਲੋਕ ਹੜ ਵੀ ਜਾਂਦੇ ਨੇ? ਹਾਂ, ਇਹ ਦੇਖੋ ਮਨ ਹੈ, ਮਨ ਦੇ ਵਿੱਚ ਇਹ ਗੱਲਾਂ ਆ ਵੀ ਸਕਦੀਆਂ ਨੇ, ਪਰ ਚਲੋ ਇਹ ਉਹ ਸੱਚੇ ਪਾਤਸ਼ਾਹ ਦੀ ਰਹਿਮਤ ਹੁੰਦੀ ਹੈ, ਕਿਰਪਾ ਹੁੰਦੀ ਹੈ, ਕਿ ਮੈਂ ਦੱਸਿਆ ਨਾ ਪਹਿਲਾਂ ਵੀ ਸਬਰ ਤੇ ਸ਼ੁਕਰ ਦਿੱਤਾ ਉਹਨੇ, ਸਬਰ ਤੇ ਸ਼ੁਕਰ ਦਿੱਤਾ, ਜਿੰਨਾ ਕੁਛ ਦਿੱਤਾ ਇੰਨੇ ਦੇ ਕਾਬਲ ਨਹੀਂ ਸਾਂ। ਬਿਲਕੁਲ, ਬਹੁਤ ਕੁਛ ਦਿੱਤਾ ਮਹਾਰਾਜ ਨੇ, ਇੰਨੀਆਂ ਇੰਨੀਆਂ ਨੌਕਰੀਆਂ ਦਿੱਤੀਆਂ ਨੇ, ਜ਼ਮੀਨਾਂ ਨੇ, ਹੋਰ ਹੈ, ਤੇ ਇਹ ਸੱਚੇ ਪਾਤਸ਼ਾਹ ਵਿਚਾਰ ਨਹੀਂ ਆਉਣ ਦਿੰਦੇ। ਤੇ ਦੂਜੀ, ਇਹਦੇ ਚੋਂ ਪਿਆਰ ਹੀ ਇੰਨਾ ਮਿਲ ਜਾਂਦਾ, ਸਾਨੂੰ ਤਾਂ ਕਦੇ ਲੱਗਿਆ ਹੀ ਨਹੀਂ ਹੈ ਵੀ ਸਾਡਾ ਸਰੋਤਾ ਵਰਗ ਥੋੜ੍ਹਾ।